ਉਧਰਲੇ ਬੰਨੇ ਮੱਲੇ ਵਾਲਾ ਗੱਗੀ ਹਿੱਸਾ ਬਣ ਗਿਆ ਪਰ ਜਗਤਾਰ ਪਰ ਜਗਤਾਰ। ਦੋਸਤੋ ਆਹ ਵਾਲਾ ਜਿਹੜਾ ਬੈਸਟ ਮੈਚ ਅਸੀਂ ਤੁਹਾਡੇ ਲਈ ਚੁਣਿਆ ਇਹ ਹੈਗਾ ਜੀ ਡਰੋਲੀ ਭਾਈ ਦੇ ਟੂਰਨਾਮੈਂਟ ਦਾ, ਜਿਹੜਾ ਕਿ 15 ਜਨਵਰੀ 2020 ਦਾ ਟੂਰਨਾਮੈਂਟ ਸੀ। ਇੱਕ ਪਾਸੇ ਭਿੰਡਰ ਕਲਾਂ ਦੀ ਟੀਮ ਸੀ ਔਰ ਦੂਸਰੇ ਪਾਸੇ ਡਰੋਲੀ ਭਾਈ ਦੀ ਟੀਮ ਸੀ। ਦੋਨੋਂ ਹੀ ਟੀਮਾਂ ਦੇ ਵਿੱਚ ਬਹੁਤ ਵਧੀਆ ਖਿਡਾਰੀ ਖੇਡ ਰਹੇ ਨੇ, ਕਾਫੀ ਇੰਟਰਸਟਿੰਗ ਮੈਚ ਹੈ, ਮੈਚ ਦਾ ਆਨੰਦ ਲਓ। ਜੇਕਰ ਮੈਚ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਵੀ ਕਰ ਸਕਦੇ ਹੋ ਔਰ ਥੱਲੇ ਆ ਰਹੇ ਥੰਬਸ ਅਪ ਦੇ ਬਟਨ 'ਤੇ ਜ਼ਰੂਰ ਕਲਿੱਕ ਕਰ ਦੇਣਾ। ਨਾਲ ਹੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਥੱਲੇ ਆ ਰਹੇ ਲਾਲ ਬਟਨ 'ਤੇ ਕਲਿੱਕ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਕਿ ਅੱਗੇ ਤੋਂ ਵੀ ਇਹੋ ਜਿਹੀਆਂ ਵੀਡੀਓ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ। ਇੰਜੋਏ ਕਰੋ ਇਸ ਮੈਚ ਨੂੰ। ਸੀਮਾ ਮੱਲੀ ਕੈਨੇਡਾ ਉਹਨਾਂ ਵੱਲੋਂ ਦਿੱਲੀ ਦਾ ਜਫਰ 516 ਦਾ ਮੈਚ ਦੀ ਸ਼ੁਰੂਆਤ ਹੋ ਗਈ ਹੈ। ਪਹਿਲੀ ਰੇਡ ਭੋਰੀ ਕਹਿੰਦੇ ਛੱਡਾਂ ਵਾਲਾ ਹੈ, ਛੱਡਾਂ ਵਾਲਾ ਭੋਰੀ ਡਰੋਲੀ ਦੀ ਟੀਮ ਦੇ ਲਈ ਪਹਿਲੀ ਰੇਡ ਪਾ ਰਿਹਾ ਹੈ। ਮੈਚ ਸਿਰੇ ਦਾ, ਹੈਲੋ ਉਹ ਮੈਚ ਸਿਰੇ ਦਾ ਪਹਿਲੀ ਰੇਡ ਦੇ ਉੱਪਰ ਅੱਜ ਅੱਗੇ ਜਾ ਰਹੇ ਨੇ ਪਰਿਵਾਰ ਦਾ ਜਾਫੀ ਮਿੱਤਰੋ ਸੁੱਖਾ ਆ ਕਹਿੰਦੇ ਯਾਦ ਵਾਲਿਆਂ ਦਾ ਉਹ ਬੱਲੇ 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 ਹੁਣ ਨਹੀਂ ਪੂਰੀ ਆ ਕਬੱਡੀ ਦਾ ਨਹੀਂ ਅਗਲੀ ਕਬੱਡੀ ਦੇਖਾਂਗੇ ਕੀ ਹੁੰਦਾ। ਲਓ ਸਾਹਮਣੇ ਦਿਆਰਪੁਰੇ ਵਾਲਾ ਆ ਗਿਆ ਟਰੋਲੀ ਵਾਲੇ, ਉਹਨਾਂ ਨੇ ਥੋਡਾ ਡੇਢ ਵਾਲੀ ਫੜ ਲਿਆ, ਹੁਣ ਤੇ ਜੱਫੇ ਦੋ ਲਾ ਕੇ ਕੰਮ ਬਰਾਬਰ ਹੋਣਾ। ਉਹ ਪਈ ਫਿਰੇ ਬੇਅੰਤ ਮੈਚ ਵੀ ਬਹੁਤ ਤਕੜਾ ਤੇ ਥੋੜਾ ਤਾਲਮੇਲ ਰੱਖੀ ਬਾਈ, ਉਹ ਮੈਚ ਬੜਾ ਤਕੜਾ ਯਾਰ। ਕੋਈ ਬਾਈ ਬਾਈ ਪਿਆਰ ਨਾ ਯਾਰ ਵਾਲੇ ਨਾ ਸੁੱਖਾ ਯੂਕੇ ਵੱਲੋਂ ਬਿੱਲੀ ਤੇ ਜਗਤਾਰ ਲਈ 500-500 ਰੁਪਇਆ ਹਰੇਕ ਜੱਫੇ ਦਾ ਬਾਈ, ਸੁੱਖਾ ਯੂਕੇ ਵੱਲੋਂ ਜਗਤਾਰ ਤੇ ਬਿੱਲੀ ਲਈ 500। ਹਾਂਜੀ ਜਿਹੜਾ ਵੀ ਜੱਫਾ ਲੱਗੂਗਾ 500 ਰੁਪਇਆ ਬੋਲਿਆ ਜਾਊਗਾ, ਘੱਟ ਨਹੀਂ ਬੋਲਿਆ ਜਾਊਗਾ ਤੇ ਇੱਕ ਨਾਮ ਹੀ ਬੋਲਿਆ ਜਾਊਗਾ ਇੱਕ ਨਾਮ ਤੇ, ਠੀਕ ਹੈ ਨਾ। ਆ ਮੈਚ ਹੁਣ ਸਾਨੂੰ ਥੋੜੀ ਕਮੈਂਟਰੀ ਵੀ ਕਰ ਲੈਂਦੇ ਸੰਗਤ ਦਾ ਐਨ ਧਿਆਨ ਕੱਢਿਆ ਹੋਇਆ। ਲਓ ਕੌਣ ਆ ਗਿਆ ਦਰਸ਼ਕ ਵੀਰੋ, ਦੁੱਲਾ ਆ ਗਿਆ, ਦੁੱਲਾ ਆ ਗਿਆ ਮੇਰੇ ਮਿੱਤਰੋ, ਧੁੰਮਾਂ ਪੈ ਗਈਆਂ ਲਾਹੌਰ ਵਿੱਚ ਸਾਰੇ, ਲੰਬੀ ਨੇ ਜਦੋਂ ਦੁੱਲਾ ਜੰਮਿਆ ਹੁਣ ਮੇਰੇ ਮੋਰਾ ਤੇਰੇ ਰੰਗ ਦੇ ਨਿਆਰੇ, ਹੁਣ ਲੰਬੀ ਨੇ ਜਦੋਂ ਦੁੱਲਾ ਜੰਮਿਆ ਪਰ ਆ ਦੁੱਲਾ ਕਹਿੰਦੇ ਬੱਗੇ ਪਿੰਡ ਵਾਲਾ ਮੇਰੇ ਮਿੱਤਰੋ ਦੁੱਲਾ ਤੇ ਟੱਚ ਡਬਲ ਨੰਬਰ ਕਿਹਾ ਰੇਡਰ ਦਾ ₹500 ਬਾਈ ਸੁੱਖੇ ਯੂਕੇ ਵੱਲੋਂ ਬਿੱਲੀ ਤੇ ਜਗਤਾਰ ਦੇ ਹਰੇਕ ਜੱਫੇ ਤੇ, ਗੁਰਵਿੰਦਰ ਮਡੀਲਾ ਵੱਲੋਂ ਦੂਜੇ ਦੀਆਂ 3 ਰੇਡਾਂ ਤੇ 1 ਗੁਰਵਿੰਦਰ ਮਡੀਲਾ। ਗੋਪੀ ਵੱਲੋਂ 500 ਰੁਪਈਏ ਇਸ ਜਾਫੀ ਦੇ ਲਈ ਆ ਗਿਆ ਜੀ, 500 ਰੁਪਈਆ ਗੋਪੀ ਭਾਈ ਵੱਲੋਂ ਇਸ ਜਾਫੇ ਤੇ। ਲਾਡੀ ਬੰਦੇਰੀ ਚੰਡੀਗੜ੍ਹੀਆ ਜੱਫਾ ਲਾਵੇ, 1000 ਦਿੱਤਾ ਜਾਵੇਗਾ। ਕਮਰ ਭਾਈ ਸਾਹਿਬ ਜੇ ਆਪਾਂ ਪੈਸੇ ਲਿਖ ਲਈਏ ਮੈਚ ਤੋਂ ਬਾਅਦ ਬੋਲੀਏ ਫਿਰ ਸਵਾਦ ਬਾਹਰ ਆਊਗਾ। ਸੇਮਾ ਮੱਲੀ ਵੱਲੋਂ ਦਿੱਲੀ ਦੇ ਹਰੇਕ ਜੱਫੇ ਦਾ 500 ਜੀ, ਜਿੰਨੇ ਵੀ ਜੱਫੇ ਲਾਓ ਸੇਮੇ ਮੱਲੀ ਵੱਲੋਂ ਦਿੱਲੀ ਦੇ ਜੱਫੇ ਦੇ। ਪੈਸੇ ਲਿਖ ਲਓ ਯਾਰ, ਮੈਚ ਬੋਲ ਲੈਣ ਦਿਓ ਕਿਰਪਾ ਕਰਕੇ ਮੈਚ, ਕਮਲ ਭਾਈ ਬਹੁਤ ਤਕੜਾ ਮੈਚ ਆ, ਨਜ਼ਾਰਾ ਲੈ ਲੈਣ ਦਿਓ, ਬਹੁਤ ਧੰਨਵਾਦ। ਕਹਿੰਦੇ ਇੱਧਰ ਵੀ ਟੰਗਦਾ ਬਗਾਨਿਆਂ ਨੇ, ਇੱਧਰ ਵੀ ਟੰਗਦਾ ਹੈ ਕੇ ਦੁੱਲਾ ਫੇਰ ਆ ਗਿਆ ਕਿ ਵਿੱਚ ਜਿਹੜੇ ਜਲੰਧਰ ਦੇ ਜੱਟ ਨੇ ਜਨਮ ਲਿਆ ਪਿੰਡ ਬੱਗੇ, ਮੱਚਦਾ ਅਗਿਆਰ ਕਬੱਡੀ ਦਾ, ਆ ਨੱਚਦਾ ਫਿਰੇ ਜਾਫੀ ਆ ਕੇ, ਮੱਚਦਾ ਅਗਿਆਰ ਕਬੱਡੀ ਦਾ, ਨੱਚਦਾ ਫਿਰੇ ਜਾਫੀ ਆ ਕੇ। ਉਧਰਲੇ ਬੰਨੇ ਥੋੜੀ ਚੋਟ ਵੀ ਮਹਿਸੂਸ ਕੀਤੀ ਆ, ਪ੍ਰਮਾਤਮਾ ਮਿਹਰ ਕਰੇ ਦੁੱਲਾ ਬੱਗੇ ਪਿੰਡ ਵਾਲਾ, ਐਨ ਕਹਿੰਦੇ ਸਿਰੇ ਦੀਆਂ ਰੇਡਾਂ ਸਿਰੇ ਦੇ ਜੱਫੇ, ਦੋਵੇਂ ਟੀਮ
ਬਾ ਕਹਿੰਦੇ ਟਰੋਲੀ ਭਾਈ ਦੀਆਂ ਕਹਿ ਲਈਏ ਪਰਮੈਟਰ ਵਾਲੇ ਭਰਾਵਾਂ ਦੀ ਬਣਾਈ ਹੋਈ ਟੀਮ ਹੈ ਇੱਕ ਬੰਨੇ ਭਾਈ ਸੋਨੂ ਹੋਰਾਂ ਦੀ ਟੀਮ ਹੈ ਉਧਰਲੇ ਬੰਨੇ ਮੱਲੇ ਵਾਲਾ ਗੱਗੀ ਹਿੱਸਾ ਬਣ ਗਿਆ ਪਰ ਜਗਤਾਰ ਉਧਰਲੇ ਬੰਨੇ ਤਾੜੀ ਵੱਜੂ ਮੇਰੇ ਮਿੱਤਰੋ ਨੰਬਰ ਕਹਿੰਦੇ ਜਾਫੀਆਂ ਦਾ ਨੰਬਰ ਕਹਿੰਦੇ ਜਾਫੀਆਂ ਦਾ ਅਗਲੀ ਰੇਡ ਕੌਣ ਪਾਵੇਗਾ ਡਰੋਲੀ ਦੇ ਨੰਬਰ ਆ ਪੰਜ ਤੇ ਭਿੰਡਰਾਂ ਦੇ ਨੰਬਰ ਆ ਸਾਢੇ ਪੰਜ ਪੰਜ ਸਗਰਾਜ ਅੱਧਾ ਚੰਦਰਾ ਕੂਣੀ ਦੇ ਫੋੜੇ ਵਰਗਾ ਬਹੁਤ ਦੁੱਖ ਦਿੰਦਾ ਅੱਧਾ ਪੁਆਇੰਟ ਬਹੁਤ ਦੁੱਖ ਦਿੰਦਾ ਲੱਭ ਪੈਂਦੀ ਫਿਰ ਰੇਡ ਫਤਿਹਗੜ੍ਹ ਛੰਨਾ ਵਾਲੇ ਦੀ ਹੈ ਇੱਕ ਬੰਨੇ ਖੋਸੇ ਕੋਟਲੇ ਪਿੰਡ ਵਾਲਾ ਇਹ ਵੀ ਵੱਡਿਆਂ ਵੱਡਿਆਂ ਦੀ ਦੌੜ ਕੱਸਦਾ ਪੂਰੀ ਪਰ ਗੱਲ ਪੱਕੀ ਆ ਸਗਰਾਜ ਨਾ ਤਾਂ ਦੁੱਲਾ ਜਾ ਕੇ ਪਿੰਡ ਕਹੂ ਮੈਂ ਸੌਖੀਆਂ ਪਾ ਦੀਆਂ ਨਾ ਹੀ ਭੂਰੀ ਇਹ ਗੱਲ ਕਹੂਗਾ ਵੀ ਮੈਂ ਸੌਖੀਆਂ ਪਾ ਦੀਆਂ ਬੜਾ ਵਰਿੰਦਰ ਫੇਰ ਆ ਗਿਆ ਪਿਸਟਲ ਕਹਿੰਦੇ ਰੇਡ ਪਾਉਣ ਦੇ ਲਈ ਵੱਧ ਗਿਆ ਭਿੰਡਰਾਂ ਦੇ ਵਰਿੰਦਰ ਦੀ ਰੇਡ ਹੈ ਡੋਲੀ ਵਾਲੇ ਚਾਰ ਨੇ ਚਾਰੇ ਚਾਰ ਨੇ ਮੱਲੇ ਵਾਲਾ ਗੱਗੀ ਆ ਜਗਤਾਰ ਹੈ ਬਿੱਲੀ ਦਾ ਨਾਂ ਬੰਦਾ ਹੁਣ ਚਾਰਾਂ ਦੇ ਵਿੱਚੋਂ ਕੌਣ ਬੰਦੇ ਬੰਦੇ ਕਰਾਵੇਗਾ ਉਹ ਦੁਨੀਆਂ ਨੂੰ ਇੰਤਜ਼ਾਰ ਹੈ ਉਹ ਮੱਲੇ ਵਾਲਾ ਗੱਗੀ ਦੇ ਭਿੰਡਰਾਂ ਦਾ ਪਿਸਟਲ ਉਹ ਕਹਿੰਦੇ ਟੱਕਰ ਸੱਜੇ ਖੱਬੇ ਉੱਤੇ ਥੱਲੇ ਬੜਾ ਹੀ ਤੇਜ ਹੈ ਮੱਲੇ ਵਾਲਿਆ ਪਿੰਡ ਲਈ ਖੇਡ ਰਿਹਾ ਜੇ ਭਿੰਡਰਾਂ ਵਾਲੇ ਏਦਾਂ ਹੀ ਭੱਜਦੇ ਰਹਿੰਦੇ ਕੰਮ ਬਹੁਤ ਮੁਸ਼ਕਲ ਹੋ ਜਾਣਾ ਕਿ ਜਿਹੜੇ ਹਿਸਾਬ ਨਾਲ ਜੱਟਾ ਤੂੰ ਚੱਲਦਾ ਉਹ ਚੱਟੀ ਦੇ ਪਕਾਏ ਹੋਏ ਖਾਲੀ ਡਾਂਡ ਵੇ ਉਹ ਦੁੱਲਾ ਕਹਿੰਦੇ ਫੇਰ ਆ ਗਿਆ ਜਿਹੜਾ ਦਰਦ ਮਹਿਸੂਸ ਕਰ ਰਿਹਾ ਹੈ ਜਿਹੜਾ ਦੁੱਲੇ ਨੂੰ ਜਫਾ ਲਊਗਾ 2000 ਲਾਡੀ ਪਨੇਰ ਦੇ ਵੱਲੋਂ ਦਿੱਤਾ ਜਾਵੇਗਾ ਮੇਰੇ ਮਿੱਤਰੋ ਉਹ 2000 ਲਾਡੀ ਪਨੇਰ ਵੱਲੋਂ ਪਰ ਸਾਹਮਣੇ 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 ਉਹ ਬੱਲੇ 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 ਦੁੱਲਾ ਭੱਜ ਗਿਆ ਪਰ ਜੇ ਪੁਆਇੰਟਾਂ ਤੇ ਨਜ਼ਰ ਮਾਰੀਏ ਛੇ ਤੇ ਸਾਢੇ ਛੇ ਤੇ ਸੱਤ ਸਾਢੇ ਛੇ ਤੇ ਸੱਤ ਬਿੱਲੀ ਤਿਆਰੀ ਫਾੜੋ ਮੁੰਡਿਆ ਪਿੰਡ ਵਾਲਿਆਂ ਨੇ ਕਹਿੰਦੇ 2.5 ਲੱਖ ਦਿੱਤਾ ਹੈਲੋ ਬਿੱਲੀ ਦੀ ਜਫੇ ਤੇ ਬਈ 1000 ਰੁਪਈਆ ਸੁੱਖਾ ਜੂਕੇ ਵੱਲੋਂ ਬਿੱਲੀ ਜਿੰਨੇ ਜਫੇ ਲਾਉਂਦਾ 1000 ਹਰੇਕ ਜਫੇ ਦਾ ਬਿੱਲੀ ਹਾਲੇ ਕੋਈ ਪਤਾ ਨੀ ਗੱਲ ਕਿੱਧਰ ਨੂੰ ਜਾ ਰਹੀ ਹੈ ਉਧਰ ਬ੍ਰੈਂਪਟਨ ਕਹਿੰਦੇ ਕੈਨੇਡਾ ਵਾਲਿਆਂ ਨੇ ਵੱਡੀ ਟੀਮ ਬਣਾਈ ਆ ਬ੍ਰੈਂਪਟਨ ਓਨਟਾਰੀਓ ਟੋਰਾਂਟੋ ਦੀ ਗੱਲ ਚੱਲਦੀ ਹੈ ਉਹ ਗੋਪਾਲ ਵੀਰ ਵੀ ਲਾਈਵ ਨਜ਼ਰ ਮਾਰ ਰਹੇ ਆ ਪਰ ਕਹਿੰਦੇ ਛੰਨਾ ਵੇ ਭੂਰੀ ਦੀ ਪਈ ਹੋਈ ਰੇਲ ਪਿੰਡਾਂ ਦੀ ਸਟਾਪ ਲਾਈਨ ਵੀ ਕਮਾਲ ਦੀ ਹੈ ਬੱਬੂ ਦਾ ਨਾਂ ਚੱਲਦਾ ਖੋਸੇ ਕੋਟਲੇ ਦਾ ਰਾਜੂ ਵੀ ਚੋਟੀ ਦੇ ਜਫੇ ਲਾਉਂਦਾ ਉਹ ਕਹਿੰਦੇ ਪਈ ਹੋਈ ਰੇਲ ਉਹ ਭੂਰੀ ਤੇ ਸੁੱਖੇ ਦਾ ਮੁਕਾਬਲਾ ਪਰ ਨੰਬਰ ਕਹਿੰਦੇ ਰੇਡਰ ਦਾ ਰੇਡਰ ਦਾ ਉਧਰਲੇ ਬੰਨੇ ਸੋਨੂ ਗਿੱਲ ਜਸਕਰਨ ਬਾਹਰ ਤੇ ਭਰਪੂਰ ਸੰਘਾ ਭਾਈ ਹਰਪ੍ਰੀਤ ਸਿੰਘਾਂ ਤੇ ਬੱਬੂ ਗਿੱਲ ਉਹਨਾਂ ਦੀ ਕਹਿੰਦੇ ਸਪਾਂਸਰ ਕੀਤੀ ਟੀਮ ਡਰੋਲੀ ਭਾਈ ਲਾਈਟਾਂ ਵਾਲੇ ਭਰਾ ਨੇ ਵੇਖ ਲਿਆ ਮਨੀ ਤੇਰਾ ਕਹਿਣਾ ਪਹਿਲਾਂ ਹੀ ਸੁਣ ਲਿਆ ਸਾਹਮਣੇ ਕਹਿੰਦੇ ਮੁਕਾਬਲਾ ਫੇਰ ਦਿਆਰਪੁਰੇ ਵਾਲਾ ਕਿਰਨੀ ਤੇ ਮੱਲੇ ਵਾਲਾ ਗੱਗੀ ਪਰ ਨੰਬਰ ਤੇ ਰੇਡਰ ਦਾ ਨੰਬਰ ਤੇ ਰੇਡਰ ਦਾ ਦੁੱਲਾ ਥੋੜੀ ਚੋਟ ਮਹਿਸੂਸ ਕਰਦਾ ਮੇਰੇ ਮਿੱਤਰੋ ਬੱਗਾ ਪਿੰਡ ਦੇ ਨਾਮ ਇਹਦਾ ਦੁੱਲਾ ਲੱਗੇ ਮੈਦਾਨਾਂ ਵਿੱਚ ਜਿਵੇਂ ਸ਼ੇਰ ਫਰੇ ਖੁੱਲਾ ਲੱਗੇ ਉਹ ਮੈਦਾਨਾਂ ਵਿੱਚ ਜਿਵੇਂ ਸ਼ੇਰ ਫਰੇ ਖੁੱਲਾ ਖੁੱਲਾ ਸ਼ੇਰ ਆ ਗਿਆ ਖੁੱਲਾ ਸ਼ੇਰ ਖੁੱਲਾ ਸ਼ੇਰ ਕਬੱਡੀ ਦਾ ਰੇਡ ਪਾਉਣ ਦੇ ਲਈ ਵੱਧ ਗਿਆ ਉਹ ਪੱਗੇ ਆਪਣੇ ਦੁੱਲੇ ਦੀ ਰੇਡ ਹੈ ਲੈ ਵੀ ਸਗਰਾਜ ਬਾਈ 2500 ਜਗਰਾਜ ਮਾਲਾ ਜੀ ਕਹਿੰਦੇ ਆ ਹਾਂ ਰੇਡਰ ਨੂੰ ਦਿੱਤਾ ਜਾਵੇਗਾ ਜਿਹੜੇ ਜਾਫੀ ਨੂੰ ਦਿੱਤਾ ਜਾਵੇਗਾ ਔਰ 3 ਕਬੱਡੀਆਂ 2500 ਦੀਆਂ ਜੱਫਾ ਲੱਗ ਗਿਆ 2500 ਦਾ ਲਾਡੀ ਬਨੇਰ ਦਾ ਵੀ 2000 ਜਸ ਕਰ ਲੋ 500 ਹਰ ਜਫੇ ਦਾ ਜਗਦੀਪ ਮਨੀਲਾ ਦੇ ਕਰ ਵੀ ਸੁਖਰਾਜ ਗੱਲ ਪਿਸਟਲ ਆ ਰਿਹਾ ਨੇ ਵੀ ਮੰਨੇ ਆ ਰਿਹਾ ਉਹਨਾਂ ਨੇ ਦੁੱਲਾ ਫੜ ਲਿਆ ਉਹਨਾਂ ਨੇ ਤੁਹਾਡਾ ਦੁੱਲਾ ਢਾ ਲਿਆ ਹੁਣ ਗੱਲ ਕਿੱਧਰ ਨੂੰ ਜਾ ਰਹੀ ਹੈ ਇੱਕ ਪਾਸੇ ਜਗਤਾਰ ਤਿਆਰ ਆ ਮੈਚ ਸ਼ੇਰ ਆ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਨਾ ਮੰਨੇ ਵਾਲਾ ਗੱਗੀ ਹੈ ਭਿੰਡਰਾਂ ਦਾ ਪਿਸਟਲ ਹੈ ਢੋਲੀ ਭਾਈ ਦਾ ਖੇਡ ਗਰਾਊਂਡ ਹੈ ਉਹ ਲੱਗਾ ਹੋਇਆ ਜੋ ਲੱਗਾ ਹੋਇਆ ਜੋਰ ਉਹ ਦਰਸ਼ਕ ਵੀਰੋ ਨਜ਼ਾਰਾ ਟੱਕਰ ਕਹਿੰਦੇ ਭੂਰੀ ਕਬੱਡੀ ਪਾਉਣ ਲਈ ਵੱਧ ਗਿਆ ਦੋ ਜਾਫੀ ਦਾ ਕਹਿੰਦੇ ਬਹੁਤ ਕੱਪੇ ਆ ਇੱਕ ਖੋਸੇ ਕੋਟਲੇ ਵਾਲਾ ਇੱਕ ਭਿੰਡਰਾਂ ਵਾਲਾ ਆਉਂ
सामने कहते भूरी दी रेड ते पॉइंट ड्रोली भाई का पॉइंट कहते रेडर का पॉइंट कहते रेडर का हेलो भाई सुखा जूके वालों जे पिंडर की टीम जितनी तो 500 रुपया जे डोली भी जितगी तो 2000 दिता जाऊगा भाई जे डोली की टीम जित गई तो 2000 रुपया सुखा जूके वाला देगा भाई धन्यवाद गिंदर जी साडे प्रधान साहब जी स्टडी के सबका प्रधान उन्होंने वालों 500 कहते डोली भाई की टीम ली पर उधरले बने मल्ले वाला गगी अगली रेल कहते ट्रोली वालों छन्ना वाला भूरी कहते फिर आ गया भूरी आ गया मित्रों पिंडर वाले भाई जिन्हें भी जफे लाते गोपी भाई वालों 1000 रुपया हरेक जफे का ट्रोली आ रहे तैयारी फरदो नहीं नबेड़े हो लगे आओ कहते मैं अपनी समाप्ति वाला ना भी बिल्ली तैयारी फर ला समान लगे कुछ दौड़ का कोई फायदा नहीं सुखा जूके वालों दोनों टीम ने जेड़ा भी जफा लो हजार नबेड़े हो गए नबेड़े हो गए नबेड़े हो गए पैसे पिंडर ने ले लो पैसे प्लीज और दर्शक भीर कि सवाल आया दोस्तों ये वाला बेस्ट मैच तुसीं देख ही लिया इस मैच दे विचों पिंडर कलां दे रहे ने 12.5 पॉइंट और ड्रोली भाई दे रहे ने 10 पॉइंट पिंडर कलां दी टीम इस मैच नूं जित गई है ये मैच तुहानूं किहो जिहा लग्या कमेंट बॉक्स जरूर लिख दिओ और जेकर साडियां कोशिशां नूं वधिया मानदे हो तां थल्ले आ रहे थम्स अप दे बटन ते वी क्लिक कर सकते हो आओ हुण कुछ कमेंट देख लईए जिहड़े तुसीं वीडियोज़ दे थल्ले करदे रहिंदे हो आह वाला जो कमेंट हैगा जी ये गुरप्रीत सिंह जी ने किया उन्होंने कहा कि प्रदीप जी तुसीं कित्थों बिलोंग करदे हो ते प्लीज़ अगली वीडियो विच जरूर दस दिओ बिल्कुल जी असं तुहानूं दस दें वीरे असी करते हैं जी बठिंडा नूं बिलोंग तो इत्थे साडा दफ्तर हैगा तो जिथों असी काम करते हैं पर हुण लॉकडाउन का करके सिर्फ मेरी ड्यूटी इत्थे लगी हुई है अगला कमेंट जिहड़ा हैगा वह हैगा जी विनय पूनिया जी का वह कहिंदे ने प्रदीप वीर जी तुसीं उन्हां नूं लगता सी कि उन्हां दा कमेंट शामिल करांगे पर पिछली वीडियो दे विच आपां कमेंट शामिल नहीं सी कीते पर विनय जी आह वाला जिहड़ा कमेंट तुहाडा हैगा इह आपां इस वीडियो दे विच शामिल कर लिया हैगा कमेंट करन दे लई तुहाडा बहुत बहुत शुक्रिया और अगला कमेंट जिहड़ा हैगा जी वह गुरजीत सिंह जी का हैगा वह कहिंदे यार गग्गी नूं ज़्यादा जफा लाया करे तां सिरा हो जाया करे ज़्यादा भाई जी आई लव यू सो मच सो ऐसे तरह तुसीं बहुत सारे जिहड़े कबड्डी दे खिडारी ने दोस्तों उन्हां नूं प्यार करदे हो गुरजीत सिंह जी ने भी अपनियां भावनावां जिहड़ियां हैगियां वह ज़्यादे नूं प्रगट कीतियां ने अगला कमेंट जिहड़ा हैगा जी हरपिंदर बराड़ जी का वह कहिंदे एक रिक्वेस्ट है भाजी कि जदों लाइव मैच चल रहे हुंदे आ तो उस दे थल्ले लाइव चैट विच बहुत ही लोग गलत बोली जांदे आ मैं तुहाडे गल नूं हरपिंदर जी समझ गया हैगा आने वाले समय के जदों भी आपां लाइव स्टार्ट होणगे लॉकडाउन तो बाद कबड्डी दे मैच शुरू होणगे तो आपां कोशिश करांगे कि तुहाडे वर्गे कोई सज्जन जिहड़े आ उहनां नूं ये अधिकार दे दिता जाए कि वह इस तरह की गलत शब्दावली वरतन वाले ब्लॉक कर सकूँ सो आने वाले समय से आप इस चीज़ पर ध्यान देवे तो इनू ठीक भी जरूर करा अगला मैसेज जो है जी वो जी गगनदीप पुरी जी का वह कहते प्रदीप भीरे काम चलता नहीं घर खंड भी नहीं तो जेब कोई पैसा भी नहीं मोदी जी कहते मोमबत्तियां लाइनिया से तो लगिया नहीं तो हूँ डर लगी जाता कि मैनू करोना ना हो गगनदीप जी दरअसल तुहानू भी पता ही है कि करोना का संबंध मोमबत्तियां लाने या ना लाने नहीं है पर जिहड़ा वह मोमबत्तियां लाने वाला सिस्टम से वह अपनी सारयां दी इकट्ठे होने की चीज़ को दर्शाउण वास्ते मेरे ख्याल से प्रधानमंत्री जी ने यह चीज़ की सी सो इस चीज़ का संबंध बिल्कुल नहीं है पर सफाई रखो हाथ धोते रहो तो वो तो वो जिहड़ा हैगा वध लोगों के संपर्क च आउण तो बचो साडे नाल जुड़े रहो और इस तरह के कमेंट भी सानू करदे रहो ताकि अगलिया वीडियो दे विच भी आपां तुहाडे कमेंट जिहड़े आ उह शामिल कर सकीए जेकर साडी कोशिश वधिया लगी है थले आ रहे थम्स अप दे बटन ते क्लिक कर सकते हो साडे यूट्यूब दे चैनल नूं सबसक्राइब कर लो उस तो बाद आने वाले घंटी दे बटन ते भी जरूर क्लिक कर देना ताकि तुहाडे कोले नोटिफिकेशन पहुंच जाया करे जदों भी असीं कोई वीडियो पाईए तुहाडा सारयां दा बहुत बहुत धन्यवाद